a South Asian Canadian channel. ਪੰਜਾਬ ਭਰ ਵਿੱਚ ਅੱਜ ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। 7500 ਦੇ ਕਰੀਬ ਮੁਲਾਜ਼ਮ ਅੱਜ ਹੜਤਾਲ ਤੇ ਨੇ, ਜਿਸ ਕਰਕੇ 95% ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਇੱਕ ਦਿਨ ਦਾ ਸਰਕਾਰ ਨੂੰ ਲਗਭਗ 3 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਮੁਲਾਜ਼ਮਾਂ ਨੇ ਕਿਹਾ ਕਿ ਬੱਸਾਂ ਦੀ ਤਾਦਾਦ ਵਧਾਉਣ ਦੀ ਸਖ਼ਤ ਲੋੜ ਹੈ। ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਤੁਰੰਤ ਪੱਕਾ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਭਰ ਦੇ 27 ਡਿਪੂਆਂ ਦੇ ਵਿੱਚ ਇਹ ਹੜਤਾਲ ਚੱਲ ਰਹੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੇ ਕਿ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਲਈ 10,000 ਨਵੀਆਂ ਸਰਕਾਰੀ ਬੱਸਾਂ ਚਲਾਈਆਂ ਜਾਣ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਐਡਵਾਂਸ ਬੁੱਕਰ ਡਾਟਾ ਐਂਟਰੀ ਆਪਰੇਟਰਾਂ ਦੀ ਤਨਖਾਹ ਵਧਾਈ ਜਾਵੇ। ਇਸ ਤੋਂ ਇਲਾਵਾ ਨਾਜਾਇਜ਼ ਕੰਡੀਸ਼ਨ ਦੇ ਤਹਿਤ ਕੱਢੇ ਗਏ ਮੁਲਾਜ਼ਮਾਂ ਦੀ ਮੁੜ ਭਰਤੀਆਂ ਕੀਤੀ ਜਾਣ। ਉਹਨਾਂ ਕਿਹਾ ਕਿ ਉਹ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰ ਚੁੱਕੇ ਨੇ, ਪਰ ਹਰ ਵਾਰ ਉਹਨਾਂ ਨੂੰ ਲਾਰੇ ਦਿੱਤੇ ਜਾਂਦੇ ਨੇ। ਇਸ ਕਰਕੇ ਮਜਬੂਰੀ ਬਸ ਅੱਜ ਉਹਨਾਂ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨੀ ਪਈ ਹੈ। ਉਹਨਾਂ ਕਿਹਾ ਕਿ ਕੋਡ ਲੱਗਣ ਨੂੰ ਕੁਝ ਸਮਾਂ ਰਹਿ ਗਿਆ, ਪਰ ਸਰਕਾਰ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰ ਬੜੇ ਲੰਮੇ ਸਮੇਂ ਤੋਂ ਜਿਹੜੇ ਪਨਬੱਸ ਤੇ ਪੀਆਰਟੀਸੀ ਟਰਾਂਸਪੋਰਟ ਵਿਭਾਗ ਪੰਜਾਬ ਦੇ ਕੱਚੇ ਮੁਲਾਜ਼ਮ ਨੇ, ਉਹਨਾਂ ਨੂੰ ਸਮੇਂ-ਸਮੇਂ ਤੇ ਲਾਰੇ ਲਾ ਕੇ ਮੀਟਿੰਗਾਂ ਦੇ ਕੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ। ਅਤੇ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਪਹਿਲੀ ਕੈਬਨਿਟ ਦੀ ਮੀਟਿੰਗ ਵਿੱਚ ਜਿਹੜੇ ਪਨਬੱਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਨੇ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਸਰਕਾਰ ਹੁਣ ਤੱਕ ਆਪਣੇ ਵਾਅਦੇ ਤੋਂ ਭੱਜੀ ਹੋਈ ਆ। ਜਿਸ ਦੇ ਰੋਸ ਵਜੋਂ ਇਹਨਾਂ ਮੁਲਾਜ਼ਮਾਂ ਨੇ ਅੱਜ 7 ਤਰੀਕ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਜੋ ਕਰ ਦਿੱਤੀ ਆ, ਅਤੇ ਜਦ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਚੱਲਦੀ ਰਹੇਗੀ ਇਸੇ ਤਰ੍ਹਾਂ। ਪੀਆਰਟੀਸੀ ਬੱਸਾਂ ਆਉਣ ਜਾਂ ਹੋਰ ਕਿਵੇਂ ਕਿਵੇਂ ਆਉਣੀ ਆ, ਸਾਰਿਆਂ ਨੂੰ ਹੜਤਾਲ ਕੀਤੀ ਜਾ ਰਹੀ ਹੈ। ਉਹ ਵੋਟਾਂ ਦੇ ਨੇੜੇ ਆ ਕਿ ਸਾਰੀ ਸਰਕਾਰ ਕੋਈ ਵੀ ਪਾਰਟੀ ਹੋਵੇ ਉਹ ਵਾਅਦੇ ਕਰਦੀ ਆ, ਕਿਉਂਕਿ ਉਹਨਾਂ ਨੇ ਵੋਟਾਂ ਲੈ ਕੇ ਸੱਤਾ ਦੇ ਵਿੱਚ ਆਉਣਾ ਹੁੰਦਾ। ਉਸ ਤੋਂ ਬਾਅਦ ਆਪਾਂ ਦੇਖਦੇ ਆ ਰਹੇ ਹਾਂ ਪੰਜਾਬ ਦਾ ਇਤਿਹਾਸ ਹੋ ਗਿਆ 70 ਸਾਲ ਦਾ ਕਿ ਸਰਕਾਰ ਸੱਤਾ ਦੇ ਵਿੱਚ ਆਉਣ ਸਮੇਂ ਵੱਡੇ ਵੱਡੇ ਵਾਅਦੇ ਕਰਦੀ ਆ, ਉਸ ਤੋਂ ਬਾਅਦ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਜਾਂਦਾ। ਉਸ ਤੋਂ ਬਿਨਾਂ ਤਾਂ ਅਸੀਂ ਅੱਜ ਤੱਕ ਤਾਂ ਕੁਝ ਦੇਖਿਆ ਨਹੀਂ। ਸਰਕਾਰਾਂ ਨੇ ਵਾਅਦੇ ਹੀ ਕਰਨੇ ਹੁੰਦੇ ਆ, ਪੂਰਾ ਕੋਈ ਨਹੀਂ ਕਰਨਾ ਹੁੰਦਾ, ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਜਦ ਇਹਨਾਂ ਨੇ ਆਪਣੇ ਕੋਈ ਭੱਤੇ ਵਧਾਉਣੇ ਆ ਜਾਂ ਆਪਣੀਆਂ ਗੱਡੀਆਂ ਨਵੀਆਂ ਲੈਣੀਆਂ ਨੇ, ਉਹ ਤਾਂ 1 ਮਿੰਟਾਂ 'ਚ ਕਰ ਲੈਂਦੇ ਨੇ, ਸ਼ਾਸਨ ਸੱਦ ਕੇ ਸਾਰਾ ਕੁਝ ਲਾਗੂ ਹੋ ਜਾਂਦਾ। ਜੇ ਕੁਝ ਮੁਲਾਜ਼ਮਾਂ ਨੂੰ ਦੇਣਾ ਜਾਂ ਲੋਕਾਂ ਨੂੰ ਦੇਣਾ, ਉੱਥੇ ਇਹਨਾਂ ਨੂੰ ਫਿਰ ਬੰਦਿਸ਼ਾਂ ਆ ਜਾਂਦੀਆਂ ਨੇ। ਅਗਲੀ ਰਣਨੀਤੀ ਇਹ ਜੀ, ਸਾਡੀ ਜੋ ਹੜਤਾਲ ਹੈ ਇਹ ਅਣਮਿੱਥੇ ਸਮੇਂ ਦੀ ਆ। ਅਗਰ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਕਰਦੀ ਆ, ਸਾਡੇ ਮਸਲਿਆਂ ਦਾ ਹੱਲ ਕੱਢਦੀ ਆ, ਤਾਂ ਅਸੀਂ ਆਪਣੀ ਹੜਤਾਲ ਵਾਪਸ ਲਵਾਂਗੇ। ਅਗਰ ਸਾਡੇ ਮਸਲਿਆਂ ਦਾ ਹੱਲ, ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ। ਅਸੀਂ ਆਪਣੀ ਗੱਲ ਪਹਿਲਾਂ ਹੀ ਪਿਛਲੇ ਦਿਨਾਂ ਦੇ ਵਿੱਚ ਆਮ ਲੋਕਾਂ ਤੱਕ ਅਸੀਂ ਲੈ ਕੇ ਗਏ ਹਾਂ। ਅਸੀਂ ਬੱਸਾਂ ਦੇ ਵਿੱਚ ਸਾਰੇ ਸਾਥੀਆਂ ਨੇ, ਸਾਡਿਆਂ ਨੇ, ਡਰਾਈਵਰ ਕੰਡਕਟਰਾਂ ਨੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਬਕਾਇਦਾ ਵੀ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਆ, ਕਿਉਂਕਿ ਅਸੀਂ ਸਮਝਦੇ ਹਾਂ ਵੀ ਕਿਤੇ ਨਾ ਕਿਤੇ ਜੇ ਗੱਡੀਆਂ ਬੰਦ ਨੇ ਤਾਂ ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਆ, ਪਰ ਉਹਦਾ ਕਾਰਨ ਅਸੀਂ ਲੋਕਾਂ ਨੂੰ ਦੱਸ ਚੁੱਕੇ ਹਾਂ।